ਤੇ ਇਹਦੇ ਵਿੱਚ ਸਾਨੂੰ ਕੀ ਦਿੱਤਾ ਆਹ ਵਿਊ ਦਿੱਤਾ ਹੋਇਆ ਇੱਧਰ ਜੇ ਆਪਾਂ ਦੇਖੀਏ ਐਕਸ ਵੱਲੋਂ ਹਾਂਜੀ 56, 32, 12 ਤੇ 18 ਹਾਂਜੀ ਅਤੇ ਆਪਾਂ ਇੱਕ ਲਾਈਨ ਲਗਾਉਂਦੇ ਹਾਂ 56, 12 ਇੱਧਰ ਕਿ 18 ਇੱਧਰ 18 ਇੱਧਰ 18 ਅਤੇ 12 ਅਤੇ ਉੱਪਰ ਕਿੰਨਾ 6 ਠੀਕ ਹੈ ਇਹਨੂੰ ਮਿਰਰ ਕਰ ਸਕਦੇ ਹਾਂ ਇਹਨੂੰ ਫਿਰ ਲਗਾ ਦਿੰਦੇ ਹਾਂ 0 ਵੀ ਇੱਕ ਤਾਂ ਇਹ ਬਣੂਗਾ ਦੂਜੀ ਚੀਜ਼ ਆਹ ਬਣੂਗੀ ਆਹ ਦੇਖੋ ਆਹ 63 ਦਿੱਤਾ ਆਹ 100 ਦਿੱਤਾ ਜੀ ਆਹ 36 ਦਿੱਤਾ ਠੀਕ ਹੈ ਅਤੇ ਇਹ 56 ਹੈ ਯਾਨੀ ਕਿ ਇੱਕ 56 ਦੀ ਲਾਈਨ ਚਾਹੀਦੀ ਹੈ ਸਾਨੂੰ ਉੱਪਰ ਹੋਵੇ 63 ਅਤੇ ਇੱਧਰ ਹੋਵੇ 100 100 ਤੋਂ ਵਾਪਿਸ ਆਵਾਂਗੇ 36 ਅਤੇ ਇਹਨੂੰ ਮਿਲਾ ਦਾਂਗੇ ਠੀਕ ਹੈ ਥੱਲੇ ਨੂੰ ਆਵਾਂਗੇ 18 ਮੈਂ ਸਾਈਡ 'ਤੇ ਬਣਾ ਰਿਹਾ ਠੀਕ ਹੈ 18 ਤੋਂ ਬਾਅਦ ਉਧਰੋਂ 25 ਇੱਥੋਂ ਦੀ ਥੱਲੇ ਆ 25 ਅਤੇ ਸਰਕਲ ਕਿੰਨੇ ਦਾ ਆਇਆ 36 ਦਾ ਮੁੰਡਾ ਆਇਆ ਯਾਨੀ 18 ਹੋ ਗਿਆ ਅਤੇ 18 ਨੂੰ ਇਹਦੇ ਨਾਲ ਮਿਲਾ ਠੀਕ ਹੈ ਇਹਨੂੰ ਆਪਾਂ ਰੀਜਨ ਕਰ ਸਕਦੇ ਦੋਨਾਂ ਨੂੰ ਅਤੇ ਸਾਡੇ ਕੋਲ 2 ਸਰਕਲ ਹੋਰ ਹੈਗੇ ਆ ਦੋਨਾਂ ਨੂੰ ਸਿਲੈਕਟ ਕਰਕੇ ਰੀਜਨ ਕਰਤਾ 2 ਸਰਕਲ ਹੋਰ ਹੈ ਇੱਕ 36 ਦੈਟ ਮੀਨ 18 ਰੇਡੀਅਸ ਦਾ ਅਤੇ ਇੱਕ ਹੋਰ ਹੈ 22 ਦਾ ਟਵੈਂਟੀ ਟੂ ਡਾਇਆਮੀਟਰ ਯਾਨੀ ਅਸੀਂ ਕੀ ਕੀਤਾ ਆਪਣੀ ਡਰਾਇੰਗ ਨੂੰ 3 ਪਾਰਟ 'ਚ ਡਿਵਾਈਡ ਕਰ ਲਿਆ ਇੱਕ ਆਹ ਪਾਰਟ ਬਣਾ ਲਿਆ ਇੱਕ ਆਹ ਪਾਰਟ ਬਣਾ ਲਿਆ ਅਤੇ ਇੱਕ ਆਹ 3 ਪਾਰਟ ਬਣ ਗਏ ਨਾ ਤਿੰਨਾਂ ਨੂੰ ਰੀਜਨ ਕਰ ਲਿਆ ਠੀਕ ਹੈ ਹੁਣ ਇਹਨੂੰ ਐਕਸਟਰੂਡ ਕਰਨਾ ਕਿੰਨਾ ਇਹਨੂੰ ਐਕਸਟਰੂਡ ਆਪਾਂ ਕਰਨਾ ਚਾਹੁੰਦੇ ਹਾਂ 75 ਅਤੇ ਦੂਜੇ ਨੂੰ ਐਕਸਟਰੂਡ ਕਰਨਾ ਚਾਹੁੰਦੇ ਹਾਂ ਅਸੀਂ 12 ਅਤੇ ਇਹਨੂੰ ਦੋਨਾਂ ਨੂੰ ਐਕਸਟਰੂਡ ਕਰਨਾ ਚਾਹੁੰਦੇ ਹਾਂ ਅਸੀਂ ਕਿੰਨਾ 25 ਠੀਕ ਤਿੰਨਾਂ ਨੂੰ ਐਕਸਟਰੂਡ ਕਰ ਲਿਆ ਅਤੇ ਇਹਨੂੰ ਘੁੰਮਾ ਕੇ ਦੇਖਾਂਗੇ ਤਾਂ ਇੰਨਾ ਨਜ਼ਰ ਆ ਰਿਹਾ ਸ਼ੇਡ ਆਪਾਂ ਚੇਂਜ ਕਰ ਸਕਦੇ ਹਾਂ ਠੀਕ ਮੂਵ ਕਮਾਂਡ ਆਉਂਦੀ ਹੈ ਸਾਨੂੰ ਇਹਦੇ ਮਿਡ ਪੁਆਇੰਟ ਤੋਂ ਚੱਕ ਕੇ ਇਹਦੇ ਮਿਡ ਪੁਆਇੰਟ 'ਤੇ ਇਹਦਾ ਠੀਕ ਹੁਣ ਬਟ ਇਹਨੂੰ ਨਹੀਂ ਆਪਾਂ ਇੱਦਾਂ ਰੱਖ ਸਕਦੇ ਕਿਉਂਕਿ ਇਹਨੂੰ ਰੋਟੇਟ ਕਰਨਾ ਪੈਣਾ ਕੱਲ੍ਹ ਆਪਾਂ ਕੀਤਾ ਸੀਗਾ ਜ਼ੈਡ ਦੀ ਡਾਇਰੈਕਸ਼ਨ ਜੇ ਮੈਂ ਇੱਧਰ ਕਰ ਦੇਵਾਂ ਫਿਰ ਇੱਦਾਂ ਰੋਟੇਟ ਹੋਊਗਾ ਜ਼ੈਡ ਦੇ ਆਲੇ ਦੁਆਲੇ ਅਤੇ ਇਹਨੂੰ ਰੋਟੇਟ ਕਰ ਸਕਦੇ ਹਾਂ ਆਪਾਂ 90 ਡਿਗਰੀ 'ਤੇ ਫਿਰ ਇਹਨੂੰ ਮੂਵ ਕਰ ਸਕਦੇ ਹਾਂ ਆਪਾਂ
ਇਹਦੇ ਸੈਂਟਰ ਤੋਂ ਚੱਕ ਕੇ ਠੀਕ ਹੈ, ਫਿਰ ਇਹਨੂੰ ਸਬਟ੍ਰੈਕਟ ਕਰ ਸਕਦੇ ਹਾਂ। ਇਹਨਾਂ ਦੋਨਾਂ ਦੇ ਵਿੱਚੋਂ ਐਂਟਰ ਅੰਦਰ ਵਾਲਾ ਜਿੱਦਾਂ ਕਾਰਪੈਂਟਰ ਸੋਚਦਾ ਹੈ ਬਸ ਉੱਦਾਂ ਹੀ ਆਪਾਂ ਵੀ ਸੋਚਣਾ। ਹੁਣ ਇੱਥੇ ਸਰਕਲ ਮਾਰਨੇ ਹੈ ਅਤੇ ਸਾਨੂੰ ਕਮਾਣ ਆਉਂਦੀ ਹੈ ਫੇਸ ਯੂਜੀਐਸ, ਫੇਸ ਲਓ ਐਂਟਰ, ਐਕਸ ਵਾਈ ਦੇ ਉੱਪਰ ਆ ਗਿਆ ਨਾ। ਹੁਣ ਸਾਡੇ ਕੋਲ ਡਿਸਟੈਂਸ ਕਿੰਨਾ ਹੈਗਾ, ਇਹ 28 ਹੈ ਇੱਧਰੋਂ ਅਤੇ ਟੋਟਲ 45 ਹੈ, ਟੋਟਲ 45 ਹੈ, ਆਹ 15, ਇੱਕ ਪਾਸੇ 28 ਇੱਕ ਪਾਸੇ 15। ਇਹਦੇ ਮਿਡ ਪੁਆਇੰਟ ਤੋਂ 15 ਇੱਕ ਜਿਹੜੀਆਂ ਲਾਈਨਾਂ ਲੱਗਦੀਆਂ ਦੂਜੀਆਂ ਬਲੈਕ ਨਹੀਂ ਦੇਖ ਸਕਦੀਆਂ ਜਿਹੜੀਆਂ ਲੱਗਦੀਆਂ, ਜਿੱਦਾਂ ਸਾਨੂੰ ਲਾਈਨ ਦੇ ਮੈਂ ਤੁਹਾਨੂੰ ਦਿਖਾਉਂਦਾ। ਅੱਛਾ, ਦੂਸਰਾ ਲੱਗਦਾ ਉਹ ਵੀ ਲੱਗ ਸਕਦੀ ਹੈ, ਪਰ ਆਪਾਂ ਚਾਹ ਨਹੀਂ ਰਹੇ, ਇੱਕ ਅੱਧੇ ਦਿਨ ਚਾਹ ਤਾਂ ਪੈ ਜੂਗੀ। 12 ਯਾਨੀ ਕਿ 6 ਅਤੇ ਇਹਨੂੰ ਆਪਾਂ ਇੱਥੇ ਕਮਾਂਡ ਹੈਗੀ ਹੈ ਪ੍ਰੈਸ ਫੁੱਲ, ਪ੍ਰੈਸ ਫੁੱਲ, ਪ੍ਰੈਸ ਫੁੱਲ ਲਓ। ਆਹ ਫੇਸ 'ਤੇ ਕਲਿੱਕ ਕਰਾਂਗੇ, ਨਾ ਕੋਈ ਰੀਜਨ ਦੀ ਲੋੜ, ਨਾ ਕੋਈ ਸਬਟੈਕਟ ਦੀ ਲੋੜ। ਪ੍ਰੈਸ ਫੁੱਲ ਜੇ ਉੱਪਰ ਨੂੰ ਕਰਾਂਗੇ ਤਾਂ ਉਹ ਐਕਸਟਰੂਡ ਹੋਏਗਾ, ਹਾਂ ਪ੍ਰੈਸ ਫੁੱਲ ਨੂੰ ਇੱਧਰ ਨੂੰ ਕਰਾਂਗੇ ਵਧਣ ਲੱਗ ਜੂਗਾ, ਜੇ ਪਿੱਛੇ ਨੂੰ ਕਰਾਂਗੇ ਤਾਂ ਘਟਣ ਲੱਗ ਜੂਗਾ। ਠੀਕ ਹੈ, ਹੋਰ ਲੱਗ ਗਿਆ, ਇੱਦਾਂ ਹੀ ਦੂਜੇ ਪਾਸੇ ਲਾਈਨ ਲਓ, ਇਹਦੇ ਮਿਡ ਪੁਆਇੰਟ ਤੋਂ 15 ਇੱਧਰ, ਇਹਦੇ ਐਂਡ ਪੁਆਇੰਟ 'ਤੇ ਸਰਕਲ ਮਾਰੋ ਅਤੇ ਉਹਨੂੰ ਵੀ ਪ੍ਰੈਸ। ਠੀਕ, ਫਿਰ ਯੂਨੀਅਨ ਸਾਰੇ ਨੂੰ ਸਿਲੈਕਟ ਕਰੋ, ਯੂਨੀਅਨ ਕਰ ਦਿਓ, ਸਿੰਗਲ ਓਬਜੈਕਟ ਬਣ ਗਿਆ। ਇਹਨੂੰ ਚੱਕ ਕੇ ਮੂਵ ਕਰਕੇ ਪਾਸੇ ਕਰ ਦਿਓ, ਲਾਈਨਾਂ ਉੱਥੇ ਦੀਆਂ ਉੱਥੇ ਰਹਿ ਜਾਣਗੀਆਂ, ਸਰਕਲ ਉੱਥੇ ਦੇ ਉੱਥੇ ਰਹਿ ਜਾਣਗੇ, ਉਹਨਾਂ ਨੂੰ ਕਰੋ। ਠੀਕ ਹੈ,